जालंधर के अवतार नगर की गली नंबर 12 में भाजपा नेता यशपाल घई के घर में गैस सिलेंडर लीकेज के बाद हुए ब्लास्ट हादसे में 3 मासूम बच्चों सहित 5 लोगों की मौत हो गई, जबकि भाजपा नेता के बेटे इंद्रपाल की हालत चिंताजनक बनी हुई है। वही घटना की सूचना मिलते ही पुलिस अधिकारी मौके पर पहुंच गए और फायर ब्रिगेड की टीम भी आग बुझाने के लिए मौके पर पहुंच गई। मिली जानकारी के अनुसार भाजपा नेता यशपाल घई घर में मौजूद थे कि देर रात अचानक गैस सिलेंडर से गैस रिसने लगी। इससे पहले कि परिवार के लोग कुछ कर पाते, सिलेंडर में जोरदार ब्लास्ट हो गया, जिससे घर की दीवारें और छत तक उड़ गई। वही हादसे के दौरान घर में भाजपा नेता यशपाल घई सहित 7 लोग मौजूद थे। इस हादसे में यशपाल घई, उनकी बहू, बेटा तथा 2 मासूम बच्चे बुरी तरह से झुलस गए, जबकि एक बुजुर्ग महिला मामूली रूप से झुलसी है। देर रात मोहल्ले में ब्लास्ट की आवाज सुनकर मोहल्ला निवासी दहशत में आ गए और फायर ब्रिगेड को सूचना दी, तो वहीं सूचना मिलते ही पुलिस प्रशासन भी मौके पर पहुंच गया। फायर ब्रिगेड के अधिकारियों की माने तो हादसे का कारण सिलेंडर से गैस लीक होने के बाद लगी आग के कारण फ्रिज का कंप्रेसर फट गया, जिससे जोरदार ब्लास्ट हुआ और घर में मौजूद सभी लोग इसकी चपेट में आ गए। जालंधर से पंकज शर्मा की रिपोर्ट। तुसी देखा है कि बड़ा ही मंदभागी घटना, बड़ा अनफॉर्चुनेट इंसिडेंट है। तो सानू जरा इतला मिली सी कि भी आ जरा घर है, घर के पिछे कोई ब्लास्ट होया, इस करके जड़े है इंजरीज आई है। तो असी हमने ही असी जड़े है डॉक्टर, असी हॉस्पिटल भी विजिट किया है, नाल असी जी फोरेंसिक टीम साड़ी इतने स्पॉट पर हैगी, असी जड़ी हैगी जो जड़ा भी स्पॉट हैगा उहदा असी जिहदा फोरेंसिक सैंपलिंग कलैक्शन अते एनालिसिस करांगे। ਇਸ ਤੋਂ ਬਾਅਦ ਹੀ ਇਸ ਇਹਦੇ 'ਚ ਬਾਕੀ ਦਰਸ਼ਾ ਜਾਓਗੇ ਕਿ ਐਕਚੁਅਲੀ ਉਹਦੇ ਕੀ ਹੋਇਆ ਕੀ ਸੀ ਬੇਸਿਕਲੀ। ਕਿੰਨੇ ਪਰਿਵਾਰ ਦੇ ਜੀ ਸੀ ਅੰਦਰ? ਨਹੀਂ, ਹਾਲੇ ਤੱਕ ਤਾਂ ਇਹਨਾਂ ਨੇ 5 ਜਣੇ ਦੇ ਬੇਸਿਕਲੀ ਦੱਸੇ ਗਏ ਜੀ। ਤੋ ਬਾਕੀ ਜਿਹੜੇ ਹੈਗੇ 2 ਬੰਦੇ ਬਾਹਰ ਸੀ, ਉਹ ਫੋਰਚੁਨੇਟਲੀ ਉਹ ਬਚ ਗਏ ਸੀ ਜੀ। ਬਟ ਬਾਕੀ ਉਹਨਾਂ ਦੇ ਵੱਲੋਂ ਜਿਹੜੀ ਸਟੋਰੀ ਨਰੇਟ ਕੀਤੀ ਗਈ ਹੈ ਉਸੇ ਨੂੰ ਹੀ ਧਿਆਨ ਰੱਖ ਕੇ ਅਸੀਂ ਜਿਹੜਾ ਹੈਗਾ ਅੱਗੇ ਫਰਦਰ ਦਿੰਦਾ। ਉਹ ਤੋਂ ਅਸੀਂ ਜਿਹੜਾ ਹੈਗਾ ਹੋਸਪਿਟਲ ਤੋਂ ਜਾ ਕੇ ਕਨਫਰਮੇਸ਼ਨ। ਅੱਗ ਦਾ ਕਾਰਨ ਕੋਈ ਪਤਾ ਲੱਗਿਆ? ਨਹੀਂ ਨਹੀਂ, ਇੱਦਾਂ ਦੀ ਨਹੀਂ। ਅਸੀਂ ਇੱਕ ਵਾਰ ਅਸੀਂ ਜਿਹੜਾ ਹੈਗਾ ਫੋਰੈਂਸਿਕ ਟੀਮ ਬੁਲਾਈ ਹੈਗੀ, ਅਸੀਂ ਦੇਖ ਰਹੇ ਹੈਗੇ ਕਿ ਹੈ, ਕਿਉਂਕਿ ਜਿਹੜਾ ਸੀਨ ਜਿਹੜਾ ਸਪੋਟ ਹੈ ਉਹ ਉਹਦੇ 'ਚ ਕਾਫੀ ਡਿਸਟ੍ਰਕਸ਼ਨ ਹੋਇਆ ਹੈਗਾ। ਤੋ ਐਜ ਆਫ ਨਾਊ ਕੋਈ ਚੀਜ਼ 'ਤੇ ਨਤੀਜੇ 'ਤੇ ਪਹੁੰਚਣਾ ਪੋਸੀਬਲ ਨਹੀਂ ਹੈਗਾ। ਮੈਨੂੰ 9:55 'ਤੇ ਕਾਲ ਆਉਂਦੀ ਹੈ ਜੀ, ਫਾਇਰ ਲੱਗੀ ਆ, ਅੱਗ ਜਿਹੜੀ ਹੈ ਨਾ ਅਵਤਾਰ ਨਗਰ 13 ਨੰਬਰ ਗਲੀ ਦੇ ਵਿੱਚ ਫਾਇਰ ਹੋ ਗਈ ਆ, ਜਿਸ ਮਕਾਨ ਵਿੱਚ ਫਾਇਰ ਹੋਈ ਆ। ਅਸੀਂ ਉੱਥੇ ਤੁਰੰਤ ਆਪਣੀ ਟੀਮ ਨੂੰ ਲੈ ਕੇ, 2 ਗੱਡੀਆਂ ਲੈ ਕੇ ਅਸੀਂ ਫਾਇਰ 'ਤੇ ਪਹੁੰਚ ਰਹੇ ਹਾਂ। ਜਦੋਂ ਅੱਗੇ ਜਾ ਕੇ ਦੇਖਿਆ ਕਿ ਕੁਛ ਫਾਇਰ ਜ਼ਿਆਦਾ, ਫਰਿੱਜ ਦਾ ਜਿਹੜਾ ਸਿਲੰਡਰ ਨਾ ਬਲਾਸਟ ਹੋਇਆ ਪਿਆ ਸੀਗਾ। ਸਾਨੂੰ ਅੱਗੇ ਕੁਛ ਬੰਦਿਆਂ ਨੇ ਲੀਡ ਕੀਤਾ ਕਿ ਦੱਸਿਆ ਕਿ ਵਿੱਚ ਘਰ ਦੇ ਵਿੱਚ ਬੱਚੇ ਤਾਂ ਕੋਈ 3 ਆਦਮੀ ਅੰਦਰ ਹੈਗੇ ਆ। ਅਸੀਂ ਕਾਫੀ ਜਣਿਆਂ ਨੂੰ ਪੁੱਛਿਆ ਕਹਿੰਦਾ ਕਿੱਥੇ ਅੰਦਰ ਹੈਗੇ ਆ, ਕਿ ਜਿੰਦਾ ਸਾਨੂੰ ਪਤਾ ਲੱਗਿਆ ਅਸੀਂ ਕੱਢਿਆ ਉਹਨਾਂ ਨੂੰ ਤੁਰੰਤ, ਉਹਨਾਂ ਨੂੰ ਮੈਡੀਕਲ ਸੁਵਿਧਾ ਲਈ ਅਸੀਂ ਹੋਸਪਿਟਲ ਭੇਜ ਦਿੱਤਾ ਗਿਆ। ਅਸੀਂ ਜੀ 5 ਬੰਦਿਆਂ ਨੂੰ ਬਾਹਰ ਕੱਢਿਆ ਜਿਹੜੇ ਇੰਜਰਡ ਸੀਗੇ। ਲੋਕਾਂ ਨੇ ਦੇਖੋ ਆਪਣੀਆਂ ਕਾਰਾਂ ਜਿਹੜੀਆਂ, ਉਹ ਦਿੱਕਤ ਪਰੇਸ਼ਾਨੀ ਆਈ ਕਿ ਸਾਨੂੰ ਕਾਰਾਂ ਆਪਣੀਆਂ ਨਹੀਂ ਭਰੇ ਕਰਦੇ। ਇੱਕ ਆਪਣੀ ਜਿਹੜੀ ਫਾਇਰ ਸਟੇਸ਼ਨ ਦੀ ਗੱਡੀ ਆ, ਇੱਕ ਆਪਣੇ ਕੋਲ ਛੋਟਾ ਫਾਇਰ ਮਿੰਨੀ ਟੈਂਡਰ ਆ ਉਹ ਗਿਆ ਸੀਗਾ, ਇੱਕ ਵੱਡਾ ਫਾਇਰ ਟੈਂਡਰ ਸੀ ਉਹ ਗਿਆ ਸੀ। ਜਿਹੜਾ ਆਪਾਂ ਵੱਡਾ ਫਾਇਰ ਟੈਂਡਰ ਗੱਡੀਆਂ ਵਾਰਦੇ ਹਾਂ, ਉਹ ਲੋਕਾਂ ਨੇ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਕਿ ਗੱਡੀਆਂ ਨਹੀਂ ਭਰੇ ਕਰਦੇ ਹੈ, ਉਹ 'ਚ ਸਾਨੂੰ ਦਿੱਕਤ ਬਹੁਤ ਆਈ। ਅਜੇ ਜੀ ਜਿਹੜੇ ਬੰਦੇ ਤੁਹਾਨੂੰ ਇਤਲਾਹ ਦਿੱਤੀ ਸੀ ਉਹ ਵੀ ਮੌਕੇ 'ਤੇ ਨਹੀਂ ਪਹੁੰਚਿਆ? ਬਿਲਕੁਲ ਜੀ, ਸੋਰੀ ਸਰ, ਉਹ ਨਹੀਂ ਪਹੁੰਚਿਆ।